ਆਏ ਤਾਂ ਨਹਿਰੂ ਸਰਪੰਚ ਦੇ ਘਰੇ ਨਹੀਂ ਪਤਾ ਰਹੇ ਤੇ ਜ਼ਿਮੀਂਦਾਰਾਂ ਦਾ ਕੀ ਕਰ ਦੂਗਾ, ਸਾਡਾ ਕਿਸਾਨਾਂ ਦਾ ਕੀ ਕਰੂ, ਜਿਹੜੇ ਇਹਦੇ ਖਾਸ ਬੰਦੇ ਉਹਦਾ ਟਰੈਕਟਰ ਉਹਦੇ ਘਰੇ ਤਾਂ ਇਹ ਆਇਆ ਨਹੀਂ ਤੇ ਗੱਲਾਂ ਵੱਡੀਆਂ ਕਰਦੇ ਆ ਬਾਦਲ ਵਾਲੇ। ਇਹਦੀ ਬੀਜੇਪੀ ਨਾਲ ਇੱਕ ਗੱਲ ਆ, ਇਹਨਾਂ ਦੀ ਗੰਢ ਤੋੜ ਪੱਕੀ ਆ, ਤਾਂ ਹੀ ਡਰਦਾ ਬੀਜੇਪੀ ਤੋਂ ਡਰਦਾ ਇਹ ਉਤਰਿਆ ਨਹੀਂ। ਜੇ ਬੀਜੇਪੀ ਦਾ ਇਹਨੂੰ ਡਰਨਾ ਹੁੰਦਾ ਤਾਂ ਉਤਰਦਾ ਹੈ। ਜਿਹੜੇ ਬੰਦਿਆਂ ਨੂੰ ਬੀਜੇਪੀ ਦਾ ਡਰ ਨਹੀਂ ਸੀ ਉਹ ਆ ਕੇ ਗੱਲ ਕਰਦੇ ਸੀ, ਸਾਰੇ ਆਏ ਆ, ਗੁੱਡੀਆਂ ਵੀ ਆਇਆ ਦੋ ਵਾਰੀ, ਕੱਲ ਜੀਤ ਮਿੰਦਰ ਵੀ ਆਇਆ, ਸਾਰਿਆਂ ਨੇ ਆ ਕੇ ਗੱਲ ਕੀਤੀ। 420 ਚ ਹੁਣ ਇਹ ਇਕੱਠੇ ਅੱਡੋ ਅੱਡ ਲੜ ਰਹੇ ਆ, ਜਦੋਂ ਇਹ ਜਿੱਤ ਕੇ ਉੱਥੇ ਜਾਵੇ ਅਲੱਗ ਪਾਰਟੀ ਆ ਜਿਹੜੀ ਇਹ ਬੀਜੇਪੀ ਨਾਲ ਹੀ ਲੜਨਾ ਇਹਨਾਂ ਦੇ ਵਿੱਚ ਆਪਣੇ ਉੱਠੇ ਹੈਗੇ ਆ ਜਿਹੜੇ ਆਪਣੇ ਕਿਸਾਨ ਮਜ਼ਦੂਰ ਸਾਰੇ। ਹਾਂਜੀ ਹਾਂ, ਲੋਕ ਸਭਾ ਦੇ ਵਿੱਚ ਆਪਣਾ ਉੱਠਿਆ ਇਧਰਲੇ ਪਾਸੇ ਕਿਸਾਨੀ ਘਰਸ਼ ਦੇ ਵਿੱਚ ਅਤੇ ਆਪਣੀ ਸੰਘਰਸ਼ ਕਰਕੇ ਲੈਣੇ ਆ, ਸੜਕਾਂ ਤੇ ਬਹਿ ਕੇ ਲੈਣੇ ਆ ਆਪਦੇ ਹੱਕ ਆ ਜਿਹੜੇ। ਵੋਟਾਂ 'ਚ ਸਾਡਾ ਨਾ ਕੋਈ ਦਖਲ ਅੰਦਾਜ਼ੀ ਹੈ ਨਾ ਹੋਊਗੀ। ਅਸੀਂ ਵੋਟ ਕਿਸੇ ਨੂੰ ਨਹੀਂ ਕਹਿੰਦੇ, ਆਪਦਾ ਜਿੱਥੇ ਚਿੱਤ ਮੰਨਦਾ ਕੋਈ ਪਾਵੇ ਨਾ ਪਾਵੇ, ਭਾਵੇਂ ਨੋਟਾਂ ਦੱਬੇ ਭਾਵੇਂ ਕਿਸੇ ਨੂੰ ਪਾਵੇ, ਉਹ ਵੋਟ ਨਾਲ ਸਾਡਾ ਕੋਈ ਮਸਲਾ ਨਹੀਂ। ਕੋਈ ਪਾਰਟੀ ਉੱਠੀ ਜਾਵੇ, ਕੋਈ ਬੈਠੀ ਜਾਵੇ, ਸਾਡਾ ਕੋਈ ਕਿਸੇ ਨਾਲ ਮਸਲਾ ਨਹੀਂ। ਸਾਡਾ ਨਾ ਕੋਈ ਸਿਆਸੀ ਬੰਦਾ ਮਿੱਤਰ ਹੈ, ਨਾ ਕੋਈ ਸਾਡਾ ਸਿਆਸੀ ਦੁਸ਼ਮਣ ਹੈ। ਪ੍ਰਧਾਨ ਜੀ, ਅੱਜ ਤੁਸੀਂ ਗੱਲ ਕਰਨੀ ਚਾਹੀ ਸੀ, ਜਿਹੜੀ ਕਿ ਸੁਖਬੀਰ ਬਾਦਲ ਨਾਲ ਗੱਲ ਕਰਨੀ ਚਾਹੀ, ਪਰ ਉਹ ਗੱਡੀ 'ਚੋਂ ਨਹੀਂ ਉਤਰੇ, ਤੁਹਾਡੇ ਨਾਲ ਗੱਲ ਕਰਨ ਲਈ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ। ਕੀ ਇਹ ਵਿਰੋਧ ਜਿਹੜਾ ਕਰਿਆ ਅੱਜ ਜਾਰੀ ਰਹੂਗਾ ਗਾਂ? ਇਹ ਵਿਰੋਧ ਤਾਂ ਹੁਣ ਵਧੂਗਾ ਜੀ, ਇਹ ਵਿਰੋਧ ਇੱਥੇ ਆਉਂਦਾ ਸਾਨੂੰ ਦੋ ਬੰਦੇ ਉਂਗਲ ਖੜੀ ਕਰਕੇ ਆਉਂਦਾ, ਦੋ ਬੰਦੇ ਗੱਲ ਕਰ ਲਓ। ਦੋ ਬੰਦੇ ਕਿਉਂ ਗੱਲ ਕਰ ਲਈਏ? ਇਹਨਾਂ ਨੇ ਸਾਰੇ ਪੰਜਾਬ ਤੋਂ ਵੋਟਾਂ ਲਈਆਂ, ਇਹਨਾਂ ਨੂੰ ਸਾਰੇ ਪੰਜਾਬ ਨੂੰ ਜਵਾਬ ਦੇਣਾ ਪਊਗਾ। ਜਿਹੜੇ ਇਹਨਾਂ ਨੇ ਲੁੱਟਾਂ ਮਚਾਈਆਂ, ਸਾਰੇ ਪੰਜਾਬ ਨੂੰ ਜਵਾਬ ਦੇਣਾ ਪਊ। ਜਿਹੜਾ ਇਹ ਆਉਂਦਾ ਸੀ ਇਹ ਪੰਜਾਬ 'ਚ ਵੇਵ ਹੈ, ਪੰਜਾਬ 'ਚ ਦੱਬ ਲਓ, ਸਾਨੂੰ ਸੈਂਟਰ ਆਗਿਆ ਦੇਵੇ ਫੌਜ ਲਾਉਣ ਦੀ, ਸਾਨੂੰ CRP ਲਾਵੇ, ਅਸੀਂ ਇਹ ਵੇਵ ਇੱਥੇ ਦੱਬ ਲਈਏ। ਉਹ ਅਸੀਂ ਇਹੋ ਜਿਹੇ ਸਵਾਲ ਇਹ ਤੋਂ ਪੁੱਛਣੇ ਸੀ ਵੀ ਉਹ ਜੀ ਦੱਸੋ ਵੇਵ ਕਿਹੜੀ ਸੀ ਜਿਹੜੀ ਆਪਣਾ ਖਰਾਬ ਕਰਦੀ ਸੀ, ਇਹੋ ਜਿਹੇ ਜਵਾਬ ਅਸੀਂ ਪੁੱਛਣੇ ਸੀ ਇਹ ਤੋਂ। ਕੀ ਪ੍ਰਧਾਨ ਜੀ, ਜਿਹੜਾ ਅੱਜ ਵੋਟਾਂ ਲੋਕਾਂ ਦੀਆਂ, ਤੁਹਾਡੀਆਂ ਵੋਟਾਂ ਲੈ ਕੇ ਇਹ ਮੰਤਰੀ ਬਣੇ ਆ ਜਾਂ MP ਬਣੇ ਆ, ਕੀ ਅੱਜ ਇਹਨਾਂ ਨੂੰ ਕਿਸਾਨਾਂ ਤੋਂ ਡਰ ਲੱਗਣ ਲੱਗ ਗਿਆ, ਜਿਹੜਾ ਕਿ ਗੱਲ ਕਰਨ ਤੋਂ ਵੀ ਭੱਜ ਰਹੇ ਆ ਕਿਸਾਨਾਂ ਨੂੰ? ਕਿਸਾਨਾਂ ਤੋਂ ਡਰ, ਇਹ ਤਾਂ ਪਤਾ ਹੀ ਦਿਸੀ ਜਾਂਦਾ ਕਿਸਾਨ, ਜੇ ਕਿਸਾਨ ਪੱਕੇ ਹੁੰਦੇ ਇਹ ਬਿੱਲਾਂ 'ਤੇ ਦਸਤਖਤ ਕਰਕੇ ਕਿਉਂ ਆਉਂਦੇ? ਪਹਿਲਾਂ 3 ਮਹੀਨੇ ਤਾਂ ਡਮਰੂ ਪਾਉਂਦੇ ਰਹੇ ਵੀ ਇਹ ਕਾਨੂੰਨ ਹੈ ਜਿਹੜੇ ਬਹੁਤ ਚੰਗੇ ਹੈ, ਮੁੜ ਕੇ ਕਿਵੇਂ ਇਹਨਾਂ ਨੂੰ ਪਤਾ ਨਹੀਂ ਕਿਹੜੀ ਮੱਧ ਤੇ ਆ ਗਈ ਵੀ ਇਹ ਮਾੜੀ ਹੈ ਵਿੱਚ, ਮੁੜ ਕੇ ਮਾੜੀ ਨਹੀਂ ਉਹ ਮੱਧ ਮਠਿਆਈ ਇਹਨਾਂ ਨੂੰ ਧੌਣ 'ਤੇ ਗੋਟਾ ਟੇਕਿਆ ਇਹਨਾਂ ਦੇ, ਜਦੋਂ ਘਰ ਘੇਰ ਲਿਆ ਇਹਨਾਂ ਦਾ, ਫਿਰ ਇਹਨਾਂ ਨੂੰ ਮਜਬੂਰੀ ਬਸ ਇਹਨਾਂ ਨੂੰ ਅਸਤੀਫਾ ਦੇਣਾ ਪਿਆ। ਸਰਕਾਰ 'ਚੋਂ ਛੱਡਣਾ, ਉਹ ਸਰਕਾਰ ਛੱਡੀ ਨਹੀਂ ਇਹਨਾਂ ਦੀ, ਅੰਦਰ ਖਾਤੇ ਸਭ ਕੁਛ ਚੱਲੀ ਜਾਂਦਾ ਇਹਨਾਂ ਦਾ। ਆਹ ਵੀ ਹੁਣ ਇਹ BJP ਦੀ ਝੋਲੀ 'ਚ ਡਿੱਗਣ ਜਾ ਕੇ, BJP ਤੋਂ 1 ਇੰਚ ਪਾਸੇ ਨਹੀਂ, ਇਹ BJP ਨਾਲ ਯਾਰੀਆਂ ਪਕਾਉਂਦੇ ਆ, ਕਿਸਾਨਾਂ ਨਾਲ ਦੁਸ਼ਮਣੀਆਂ ਰੱਖਦੇ ਆ। ਧੰਨਵਾਦ।